ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ? ਬਹੁਤ ਵਧੀਆ ਲੱਗਾ ਦੇਖਣ ਦਾ ਅਲੋਪ ਹੁੰਦੇ ਗਏ, ਪਰੰਤੂ ਮੈਂ ਇਸ ਬੱਚੇ ਦੀ ਪਾਲ ਸਿੰਘ ਸਮਾਂ ਦੀ ਤਾਰੀਫ ਇਸ ਗੱਲੋਂ ਕਰਦਾ ਕਿ ਬੜਾ ਵੱਡਾ ਉੱਦਮ ਹੈ ਜੋ ਇੰਨੀਆਂ ਧੀਆਂ ਨੂੰ ਇਹ ਆਪਣੇ ਨਾਲ ਜੋੜ ਕੇ ਔਰ ਜਿਹੜੀ ਸਾਡੀ ਵਿਰਸੇ ਦੀ ਰੀਤੀ ਰਿਵਾਜ਼ ਸੀ ਜਿਹੜੇ ਅਲੋਪ ਹੁੰਦੇ ਜਾ ਰਹੇ ਦੁਬਾਰਾ ਫਿਰ ਤੋਂ ਸੁਰਜੀਤ ਕੀਤੇ ਨੇ, ਤਾਂ ਇੱਥੇ ਆ ਕੇ ਹਰ ਇੱਕ ਬੇਟੀ ਸੰਗੀਤ ਸੁਣ ਕੇ ਤਾਂ ਬਹੁਤ ਵਧੀਆ ਲੱਗਦਾ। ਅੰਕਲ ਜੀ ਆਂਟੀ ਨੇ ਵੀ ਆਉਣਾ ਸੀਗਾ, ਛੋਟੇ ਸਿੱਧੂ ਦੀ ਵੀ ਚਰਚਾ ਛਿੜੀ ਹੋਈ ਸੀ ਵੀ ਇੱਥੇ ਆਉਣਾ ਹੈਗਾ, ਕੀ ਕਾਰਨ ਬਣਿਆ? ਨਹੀਂ ਆਉਣਾ ਸੀ, ਪਰੰਤੂ ਉਹ ਹਰੇ ਛੋਟੇ ਦੀ ਉਮਰ ਛੋਟੀ ਹੈ ਤਾਂ ਉਹ ਥੋੜ੍ਹਾ ਇੰਨੀ ਥੋੜ੍ਹਾ ਉਹਦੇ ਲਈ ਮੁਸ਼ਕਲ ਹੈ, ਤਾਂ ਉਹਦੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਫਿਰ ਮੈਂ ਖੁਦ ਹੀ ਫੈਸਲਾ ਕੀਤਾ ਵੀ ਮੈਂ ਹੀ ਜਾਊਂਗਾ, ਅਤੇ ਬੇਟੇ ਨੂੰ ਅਸੀਂ ਮਨਾ ਕੀਤਾ ਇਸ ਗੱਲ ਤੋਂ ਵੀ ਹਾਲੇ ਨਾ ਬਾਹਰ ਕੱਢਿਆ ਜਾਵੇ। ਤੁਹਾਨੂੰ ਕਿਵੇਂ ਦਾ ਲੱਗਦਾ ਧੀਆਂ ਨੂੰ ਸੰਧਾਰਾ ਦੇ ਕੇ ਤੇ ਇੱਕ ਸਿੱਧੂ ਨੂੰ ਮਿਸ ਕਰਦੇ ਹੋ ਇਸ ਟਾਈਮ ਤੇ? ਬਹੁਤ ਵਧੀਆ ਲੱਗਿਆ, ਮੈਂ ਉਹੀ ਤਾਂ ਸੋਚ ਰਿਹਾ ਨਾ ਵੀ ਜਿਸ ਤਰ੍ਹਾਂ ਪਹਿਲਾਂ ਸਾਡੀਆਂ ਭੂਆ ਦਾਦੀਆਂ ਵੇਲੇ ਸਿਸਟਮ ਸੀਗਾ ਹੈ ਨਾ, ਹੁਣ ਥੋੜ੍ਹਾ ਜਿਹਾ ਘੱਟ ਗਿਆ ਹੈਗਾ, ਹੁਣ ਵੀ ਅਸੀਂ ਬੱਚਿਆਂ ਕੋਲ ਜਾਂਦੇ ਹਾਂ ਅਤੇ ਤਿਉਹਾਰ ਦੇ ਉੱਤੇ ਉਹਨਾਂ ਨੂੰ ਆਪਾਂ ਰੀਤੀ ਰਿਵਾਜ਼ ਕਰਦੇ, ਪਰੰਤੂ ਉਹਨਾਂ ਨਹੀਂ ਸੀ, ਅਲੋਪ ਹੋ ਗਿਆ ਸੀ ਥੋੜ੍ਹਾ ਜਿਹਾ, ਪਰੰਤੂ ਇੱਥੇ ਇੱਕ ਬਹੁਤ ਵਧੀਆ ਤਰੀਕੇ ਨਾਲ ਜੋ ਵਿਉਂਤਬੰਦੀ ਦੇ ਨਾਲ ਕੀਤਾ ਜਾਂਦਾ ਤਾਂ ਕੁਦਰਤੀ ਗੱਲ ਹੈ, ਵਧੀਆ ਤਾਂ ਲੱਗਦਾ ਸਾਰੇ। ਤਾਂ ਜਦੋਂ ਪਾਲ ਵੀਰੇ ਦਾ ਫੋਨ ਆਉਂਦਾ ਹੈ ਕਿ ਤੀਆਂ ਦਾ ਮੇਲਾ ਹੈ ਤਾਂ ਪਹਿਲੀ ਵਾਰੀ 'ਚ ਹਾਂ ਕਰ ਦਿੰਦੇ ਹੋ? ਦੇਖੋ ਇਹ ਤਾਂ ਆਪਣਾ ਪਰਿਵਾਰ ਹੈ, ਸਾਡਾ ਇੱਥੇ ਆਉਣਾ ਜਾਣਾ ਪੱਟੜੀ ਫੇਰ ਹੈ, ਵੈਸੇ ਵੀ ਨੇੜੇ ਦੇ ਅਸੀਂ ਔਰ ਪਾਲ ਸਿੰਘ ਸਮਾਨ ਆਪਣਾ ਵਧੀਆ ਫੈਮਿਲੀ ਰਿਲੇਸ਼ਨ ਵੀ ਹੈ, ਤਾਂ ਆਉਣਾ ਬਣਦਾ ਹੀ ਹੈ ਜਦੋਂ ਕੋਈ ਚੰਗਾ ਕੰਮ ਹੁੰਦਾ ਇਲਾਕੇ ਦੇ ਵਿੱਚ, ਸਾਡਾ ਹਲਕਾ ਵੀ ਹੈ ਤਾਂ ਆਉਣਾ ਵਧੀਆ ਲੱਗਦਾ ਸੀ। ਤਾਂ ਮਾਤਾ ਜੀ ਨੇ ਜ਼ਰੂਰ ਮਿਸ ਕਰਤਾ ਇਹ ਮੇਲਾ, ਪਰ ਉਹਨਾਂ ਨੇ ਤੁਹਾਨੂੰ ਕਹਿ ਕੇ ਭੇਜਿਆ ਸੀ ਕਿ ਮੇਰੀ ਯਾਦਾਂ ਲੈ ਕੇ ਆਇਓ? ਅਸੀਂ ਸਾਡਾ ਛੋਟਾ ਜਿਹਾ ਪਰਿਵਾਰ ਹੈ, ਮਾਤਾ ਜੀ ਪਹੁੰਚਣਗੇ ਜਾਂ ਮੈਂ ਪਹੁੰਚੂੰਗਾ ਉਹਨਾਂ ਦੀ ਜਗ੍ਹਾ 'ਤੇ, ਮੈਂ ਹਾਜ਼ਰੀ ਲਵਾ ਰਿਹਾ, ਤਾਂ ਇੱਕੋ ਹੀ ਸਮਝੋ ਮਾਤਾ ਹੀ ਸਮਝੋ ਇੱਕ ਸੁਣੀ ਤੁਹਾਡੇ। ਬਾਪੂ ਜੀ ਅੱਜ ਇੰਨੀਆਂ ਧੀਆਂ ਨੂੰ ਆਸ਼ੀਰਵਾਦ ਦੇਣ ਆ ਰਹੇ, ਕਿੱਦਾਂ ਦਾ ਲੱਗ? ਬਹੁਤ ਵਧੀਆ, ਕੋਈ ਸ਼ਬਦ ਵੀ ਨਹੀਂ ਹੈ ਬਿਆਨ ਕੀਤਾ ਜਾ ਸਕੇ, ਔਰ ਇਹ ਤਾਂ ਮੈਂ ਸਾਰਾ ਜਿਹੜਾ ਇਹਦਾ ਸਿਹਰਾ ਇਹ ਬੱਚੇ ਨੂੰ ਜਾਂਦਾ ਵੀ ਇੰਨਾ ਵੱਡਾ ਉੱਦਮ ਕਰਦਾ ਸੀ, ਇੰਨਾ ਵੱਡਾ ਆਪਾਂ ਵਿੱਤੀ ਤੌਰ 'ਤੇ ਵੀ ਵੇਖੀਏ ਹਰ ਇੱਕ ਪੱਖ ਤੋਂ ਕਾਫੀ ਵੱਡਾ ਦਿਲ ਚਾਹੀਦਾ, ਸੋ ਇਹ ਤਾਂ ਮਾਲਕ ਦੀ ਮਿਹਰ ਕਰ ਰਿਹਾ। ਅੱਜ ਛੋਟੇ ਸਿੱਧੂ ਨੂੰ ਵੀ ਬਹੁਤ ਜ਼ਿਆਦਾ ਪਿਆਰ ਮਿਲਿਆ, ਤੁਸੀਂ ਜ਼ਰੂਰ ਪਹੁੰਚਿਆ, ਪਰ ਜਿਹੜੇ ਵੀ ਧੀਆਂ ਪਹੁੰਚੀਆਂ ਨੇ ਛੋਟੇ ਸਿੱਧੂ ਨੂੰ ਵੀ ਬਹੁਤ ਪਿਆਰ ਦੇ ਰਹੀਆਂ ਨੇ। ਦੇਖੋ ਛੋਟਾ ਸਿੱਧੂ ਤਾਂ ਬਦੌਲਤੀ ਧੀਆਂ ਦੀਆਂ ਦੁਆਵਾਂ, ਤੁਹਾਡੀ ਆਵਾਮ ਦੀਆਂ ਦੁਆਵਾਂ ਸਦਕਾ ਹੀ ਸ਼ਾਇਦ ਉਹਦਾ ਮੇਰਾ ਖਰਚਾ ਨਹੀਂ ਹੋਇਆ, ਉਹ ਤਾਂ ਹਾਈ ਤੁਹਾਡੀਆਂ ਅਰਦਾਸਾਂ ਹੈ, ਅਤੇ ਤੁਹਾਡੇ ਵਿੱਚ ਪਹੁੰਚ ਕੇ ਤਾਂ ਇਹ ਚੀਜ਼ ਹੋਰ ਵੀ ਪੁਖਤਾ ਹੋ ਜਾਂਦੀ ਹੈ, ਹੋਰ ਵੀ ਵਧੀਆ ਲੱਗਦਾ ਇਸ ਗੱਲ ਨੂੰ, ਤਾਂ ਪਰਮਾਤਮਾ ਕਰੇ ਛੇਤੀ ਛੇਤੀ ਵੱਡਾ ਹੋਵੇ ਤਾਂ ਤੁਹਾਡੇ ਵਿੱਚ ਹਾਜ਼ਰੀ ਲਵਾਂਗੇ। ਤਾਂ ਬਾਪੂ ਜੀ ਸਿੱਧੂ ਨੂੰ ਜਦੋਂ ਪੁੱਛਦੇ ਸੀਗੇ ਕਿ ਧੀਆਂ 'ਤੇ ਕਿਉਂ ਨਹੀਂ ਗੀਤ ਲਿਖਿਆ, ਤਾਂ ਉਹ ਕਹਿੰਦਾ ਸੀ ਜਦੋਂ ਮੇਰੇ ਘਰ ਧੀ ਹੋਏਗੀ ਤਾਂ ਮੈਂ ਗੀਤ ਲਿਖੂੰਗਾ ਉਹਦੇ। ਬਿਲਕੁਲ, ਕਿਉਂਕਿ ਸਿੱਧੂ ਨੇ ਕਦੇ ਵੀ ਕਾਲਪਨਿਕ ਨਹੀਂ ਗਾਇਆ ਵੀ ਉਹਨੇ ਕੇਵਲ ਕਲਪਨਾ ਕੀਤੀ ਹੋਵੇ ਤਾਂ ਉਹਨੂੰ ਕਾਗਜ਼ਾਂ 'ਤੇ ਉਤਾਰ ਦਿਓ, ਉਹਨੇ ਉਸਦੇ ਸੰਗੀਤ ਦੇ ਵਿੱਚ ਤੁਹਾਨੂੰ ਉਹਦਾ ਜਿਹੜਾ ਅਤੀਤ ਆ ਉਹਦਾ ਹੰਢਾਏ ਹੋਏ ਪਲ ਮਿਲਣਗੇ ਸਾਰੇ, ਜੋ ਕੁਛ ਉਹਦੇ ਨਾਲ ਹੁੰਦਾ ਸੀ ਉਸ ਚੀਜ਼ ਨੂੰ ਉਹ ਲਿਖਦਾ ਸੀ ਅਤੇ ਉਸ ਚੀਜ਼ ਨੂੰ ਗਾਉਂਦਾ ਸੀ, ਇਸੇ ਕਰਕੇ ਮਕਬੂਲ ਹੋਏ, ਹਰ ਇੱਕ ਸੁਣਨ ਵਾਲੇ ਨੂੰ ਲੱਗਦਾ ਸੀ ਵੀ ਇਹ ਤਾਂ ਮੇਰੀ ਗੱਲ ਕੀਤੀ ਹੈ, ਕਿਉਂਕਿ ਉਹਦੇ ਨਾਲ ਜੋ ਸਮਾਜ ਜਿਸ ਤਰ੍ਹਾਂ ਦਾ ਵਰਤਾਰਾ ਕਰਦਾ ਸੀ, ਜਿਸ ਤਰ੍ਹਾਂ ਤੁਸੀਂ ਦੇਖਿਆ ਹੋਊਗਾ 295 ਸੌਂਗ ਆਇਆ ਜਾਂ ਕੋਈ ਹੋਰ ਕਈ ਉਹਦੇ ਮਿਸਾਲੀ ਸੌਂਗ ਨੇ ਜਿਹੜੇ ਸਾਡੀਆਂ ਸਮੱਸਿਆਵਾਂ ਦੇ ਸਾਡੇ ਮੁੱਦਿਆਂ ਦੇ ਆਧਾਰ 'ਤੇ ਉਹ ਗਾਉਂਦਾ ਸੀਗਾ, ਤਾਂ ਉਹ ਬਲ ਕਲਪਨਾ ਨਹੀਂ ਗਾਉਂਦਾ ਸੀ ਕੋਰਾ ਸੱਚ। ਤੇ ਤੁਸੀਂ ਸਿੱਧੂ ਦੀ ਕਮੀ ਪੂਰੀ ਕਰਤੀ ਆ ਜਿੱਤ?
ਸਿੱਧੂ ਦੀ ਕਮੀ ਤਾਂ ਸਾਥੋਂ ਕਈ ਯੁੱਗਾਂ 'ਚ ਵੀ ਨਹੀਂ ਪੂਰੀ ਹੋਣੀ, ਲੇਕਿਨ ਮੈਂ ਇੱਕ ਨਾਕਾਮ ਕੋਸ਼ਿਸ਼ਾਂ ਜ਼ਰੂਰ ਕਰਦਾ ਵੀ ਜਿਹੜਾ ਉਹਦੇ ਵੱਲੋਂ ਚਲਾਇਆ ਗਿਆ ਮੁਹਾਜ ਹੈ ਉਹ ਕਿਵੇਂ ਨਾ ਕਿਵੇਂ ਰੋੜੀ ਫਿਰਾਂ ਥੋੜ੍ਹਾ ਬਹੁਤਾ, ਕੋਸ਼ਿਸ਼ ਕਰਦਾ ਸਿੱਧੂ ਦੀ ਕਮੀ ਹਮੇਸ਼ਾ ਖਟਕਦੀ ਰਹੂ। ਅੱਗੇ ਜੀ ਬਹੁਤ ਘੱਟ ਲੋਕ ਨੇ ਜਿਹੜੇ ਪਾਲ ਸਿੰਘ ਸਮਾਓ ਵਾਂਗੂ ਜਿਹੜਾ ਇੱਦਾਂ ਦਾ ਉਪਰਾਲਾ ਕਰਦੇ ਆ ਧੀਆਂ ਨੂੰ, ਜਿਵੇਂ ਧੀਆਂ ਦੇ ਲਈ ਇੱਕ ਘਰ ਵੀ ਬਣਾਇਆ ਇਹਨਾਂ ਨੇ ਅਤੇ ਲੋਕਾਂ ਨੂੰ ਜਿਹੜੇ ਮਦਦਗਾਰ ਉਹਨੇ ਮਦਦ ਵੀ ਕਰਦੇ ਆ, ਕੀ ਅਪੀਲ ਕਰੋਗੇ ਲੋਕਾਂ ਨੂੰ? ਦੇਖੋ ਮੈਂ ਅਪੀਲ ਤਾਂ ਇਹੀ ਕਰਦਾ, ਲੋਕ ਤਾਂ ਧੀ ਜੰਮੂ ਤੋਂ ਡਰਦੇ ਨੇ ਤਾਂ ਇੱਥੇ ਸਾਰੇ ਸਮਾਜ ਦਾ ਠੇਕਾ ਲੈ ਰੱਖਿਆ ਤਾਂ ਇਹ ਤਾਂ ਮਾਲਕ ਦੀ ਕਿਰਪਾ ਤੋਂ ਬਿਨਾਂ ਹੋ ਹੀ ਨਹੀਂ ਸਕਦਾ। ਅਗਲਾ ਇੱਕ ਦੋ ਧੀਆਂ ਹੁੰਦੀਆਂ ਨੇ ਅਤੇ ਮੇਰਾ ਖਿਆਲ ਪਰਿਵਾਰ ਹੰਭਿਆ ਨਜ਼ਰ ਆਉਂਦਾ ਵੀ ਧੀ ਫਿਰ ਤਾਂ ਤਿਆਰ ਆ ਗਿਆ, ਫਿਰ ਆਹ ਖਰਚਾ ਖੜਾ ਹੋ ਗਿਆ ਹੈ ਨਾ, ਪਰੰਤੂ ਇਹ ਪਰਮਾਤਮਾ ਕਿਸੇ 'ਤੇ ਮਿਹਰ ਕਰਦਾ ਤਾਂ ਮੈਨੂੰ ਬੜਾ ਵਧੀਆ ਲੱਗਦਾ ਔਰ ਇਹਨੂੰ ਸਾਰੀਆਂ ਧੀਆਂ ਦਾ ਪਿਆਰ ਮਿਲਿਆ, ਕਰਮ ਵਾਲਾ ਇਨਸਾਨ ਹੈ। ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਚੰਗਾ ਲੱਗਦਾ ਸੀ ਸਾਨੂੰ ਅੱਜ ਇੱਥੇ ਪੰਜਾਬ ਦੇ ਕੋਨੇ ਕੋਨੇ 'ਚੋਂ ਕੁੜੀਆਂ ਆਈਆਂ ਨੇ ਅਤੇ ਸਾਰਿਆਂ ਨੂੰ ਸੰਧਾਰੇ ਅਸੀਂ ਦੇ ਰਹੇ ਹਾਂ ਅਤੇ ਬਾ ਕਮਾਲ ਦਾ ਇਹ ਮੇਲਾ ਸਾਡਾ 24 ਸਾਲ ਹੋ ਗਏ ਸਾਨੂੰ ਲਗਾਤਾਰ ਬਿਨਾਂ ਕਿਸੇ ਰੁਕਾਵਟ ਦੇ, ਇੱਥੋਂ ਦੀ ਮਹਿਕ ਹੈ ਜਿਹੜੀ ਪੂਰੀ ਵਿਸ਼ਵ ਦੇ ਵਿੱਚ ਗਈ ਹੈ, ਮੁੜ ਧੀਆਂ ਸੁਰਜੀਤ ਹੋਈਆਂ ਨੇ, ਜਿਹੜਾ ਮੇਨ ਮੰਚ ਉਹ ਸਮਾਂ ਦੇ ਵਿੱਚ ਸੀ, ਸੋ ਪੂਰੀਆਂ ਧੀਆਂ ਜਿੰਨੀਆਂ ਇੱਥੇ ਪਹੁੰਚੀਆਂ ਨੇ ਸਾਡੇ ਵੱਲੋਂ ਉਹਨਾਂ ਸਾਰੀਆਂ ਦਾ ਸਵਾਗਤ ਕਰਦੇ ਹਾਂ ਅਸੀਂ ਅਤੇ ਸਾਰੀਆਂ ਭੈਣਾਂ ਨੂੰ ਅਦਬ ਸਤਿਕਾਰ ਹੈ ਜਿਹੜਾ ਅਸੀਂ ਹਰ ਸਾਲ ਦਿੰਦੇ ਹਾਂ। ਬਿਲਕੁਲ ਜੀ ਬਿਲਕੁਲ, ਵੀ ਮੇਰਾ ਇਹ ਦਿਨ ਤਾਂ ਸਾਡੇ ਲਈ ਮਸਾਂ ਆਉਂਦਾ ਕਿਉਂਕਿ ਅਸੀਂ ਤਾਂ ਹਮੇਸ਼ਾ ਹੀ ਕੁੜੀ ਧੀਆਂ ਦੇ ਲਈ ਆਵਾਜ਼ ਉਠਾਈ ਹੈ। ਛੋਟੇ ਛੋਟੀ ਉਡੀਕ ਹੋ ਰਹੀ ਸੀ ਅਤੇ ਬਿਲਕੁਲ, ਪਰ ਅਸੀਂ ਦੇਖਦੇ ਹਾਂ ਗਰਮੀ ਬਹੁਤ, ਅਸੀਂ ਮਿਲ ਕੇ ਆਏ ਹਾਂ, ਖੇਡੇ ਹਾਂ, ਲਾਡ ਲੜਾਏ ਆ, ਹੈ ਨਾ, ਅਸੀਂ ਹਮੇਸ਼ਾ ਹੀ ਮਾਤਾ ਨੂੰ ਤਾਂ ਇਸ ਦੇ ਵਿੱਚ ਹਾਜ਼ਰ ਸਮਝਦੇ ਹਾਂ, ਛੋਟੇ ਵੀਰੇ ਨੂੰ ਹਾਜ਼ਰ ਸਮਝਦੇ ਹਾਂ ਅਸੀਂ, ਅਤੇ ਕੋਈ ਗੱਲ ਨਹੀਂ, ਇਹ ਗਰਮੀ ਜ਼ਿਆਦਾ ਹੋਣ ਕਰਕੇ ਲਾ ਲਓ ਜਾਂ ਰਿਸਕ ਨਹੀਂ ਲੈਣਾ ਚਾਹੁੰਦੇ ਬੱਚੇ ਦੇ ਲਈ, ਤਾਂ ਜਦ ਜਿਵੇਂ ਜਿਵੇਂ ਸ਼ੋਅ ਵੱਡਾ ਹੋਊਗਾ ਤਾਂ ਮੇਲਿਆਂ ਦਾ ਸ਼ਿੰਗਾਰ ਬਣੇਗਾ ਉਹ। ਪੰਜਾਬ ਦਾ ਵਿਰਸਾ ਹੈ, ਸਲੋਲੀ ਆਪਾਂ ਦੇਖ ਰਹੇ ਹਾਂ ਜਿਵੇਂ ਜਿਵੇਂ ਮਾਡਰਨ ਹੋ ਰਿਹਾ ਤਾਂ ਇਹ ਚੀਜ਼ਾਂ ਵਿਸਤਾਰੀਆਂ, ਲੇਕਿਨ ਤੁਹਾਡਾ ਇਹ ਉਪਰਾਲਾ ਬਹੁਤ ਕਮਰਸ਼ੀਅਲ ਫਿਲਮਾਂ ਵੀ ਕਰਦੇ ਨੇ, ਤੁਹਾਨੂੰ ਕੀ ਕਹੋ? ਬਿਲਕੁਲ ਬਿਲਕੁਲ ਜੀ, ਅਸੀਂ ਬਹੁਤ ਸਾਰੇ ਪ੍ਰੋਜੈਕਟ, ਬਹੁਤ ਸਾਰੀਆਂ ਫਿਲਮਾਂ, ਬਹੁਤ ਕੁਝ ਸਾਡਾ ਆਨ ਦੀ ਵੇ ਆ, ਅਸੀਂ ਕਰ ਰਹੇ ਹਾਂ ਸਟੈਪ ਬਾਏ ਸਟੈਪ, ਪਹਿਲਾਂ ਸਾਡਾ ਇਹ ਮੇਲੇ ਆ ਜਿਹੜੇ, ਇਹ ਅਸੀਂ ਮੁੜ ਸੁਰਜੀਤ ਕਰੇ ਨੇ, ਉਸ ਤੋਂ ਬਾਅਦ ਅਸੀਂ ਬਾਕੀ ਚੀਜ਼ਾਂ ਵੱਲ ਵੀ ਬਿਲਕੁਲ ਨਿਰੰਤਰ ਸਾਡਾ ਇਹ ਕੰਮ ਜਾਰੀ ਹੈ ਜੀ। ਮੈਂ ਲਾਸਟ ਟਾਈਮ ਵੀ ਜਦੋਂ ਆਈ ਸੀ ਲੋਹੜੀ ਵਾਲੇ ਪ੍ਰੋਗਰਾਮ 'ਤੇ ਤਾਂ ਮੈਨੂੰ ਬਹੁਤ ਚੰਗਾ ਲੱਗਿਆ ਸੀ, ਇੱਦਾਂ ਲੱਗਦਾ ਹੁੰਦਾ ਮੈਨੂੰ ਹਮੇਸ਼ਾ ਇੱਥੇ ਆ ਕੇ ਜਿਵੇਂ ਪੇਕੇ ਪਿੰਡ ਆ ਗਈ ਹੋਵਾਂ, ਇੱਕ ਉਹ ਆਜ਼ਾਦੀ ਮਿਲ ਜਾਂਦੀ ਹੈ ਜਿੱਦਾਂ ਇੱਕ ਪੇਕੇ ਆ ਗਏ ਨਹੀਂ ਕੁੜੀ ਨੂੰ ਮਿਲਦੀ, ਤਾਂ ਉਹ ਇੱਥੇ ਹਮੇਸ਼ਾ ਉਹੀ ਮਾਹੌਲ ਹੁੰਦਾ ਹੈ, ਉਹੀ ਕੁੜੀਆਂ ਜਿੱਦਾਂ ਹੱਸਦੀਆਂ ਖੇਡਦੀਆਂ ਅਤੇ ਪਾਲਵੀਰੇ ਵੱਲੋਂ ਜਿੱਦਾਂ ਸੰਧਾਰਾ ਦਿੱਤਾ ਜਾਂਦਾ ਹੈ, ਧੀਆਂ ਦਿੱਤੀਆਂ ਜਾਂਦੀਆਂ, ਹੈ ਨਾ, ਬਹੁਤ ਚੰਗਾ ਲੱਗਦਾ ਕਿ ਬਹੁਤ ਹੀ ਗੁੱਡ ਫੀਲ ਹੁੰਦਾ। ਤੁਹਾਡੀ ਲੜਕੀ ਨੇ ਸਿੱਧੂ ਨਾਲ ਕੰਮ ਕੀਤਾ ਸੀ, ਜਦੋਂ ਫਿਲਮ ਨੂੰ ਲੈ ਕੇ ਚਰਚਾ ਹੋਈ ਸੀ ਤਾਂ ਕੀ ਗੱਲਾਂ ਹੋਈਆਂ ਸਿੱਧੂ ਨਾਲ, ਕੋਈ ਯਾਦ ਹੈ ਜੀ? ਬੇਟੀ ਬਹੁਤ ਗੱਲਾਂ ਸੁਣਾਉਂਦੀ ਹੁੰਦੀ ਆ, ਜਿੱਦਾਂ ਉਹ ਗਾਣਿਆਂ 'ਚ ਲੱਗਦਾ ਸੀ ਇੱਦਾਂ ਉਹ ਬਿਲਕੁਲ ਨਹੀਂ ਸੀ ਹੈਗਾ, ਉਹਨੇ ਤਾਂ ਬਹੁਤ ਸ਼ਾਈ ਜਿਹਾ ਔਰ ਬਹੁਤ ਸੋਬਰ ਜਿਹਾ ਸੀਗਾ ਤਬੀਅਤ ਉਹਦੀ। ਸੋ ਨਹੀਂ ਮੈਂ ਨਹੀਂ ਮਿਲੀ ਤਾਂ, ਪਰ ਵੀਰ ਜੀ ਨੂੰ ਅੱਜ ਮਿਲ ਕੇ ਉਹਨਾਂ ਦੇ ਫਾਦਰ ਸਾਹਿਬ ਨੂੰ ਮੈਨੂੰ ਬਹੁਤ ਹੀ ਜ਼ਿਆਦਾ ਚੰਗਾ ਲੱਗਿਆ, ਉਹ ਵੀ ਉੱਦਾਂ ਹੀ ਹੈਗੇ ਆ, ਮੈਨੂੰ ਹੁਣ ਪਤਾ ਲੱਗਦਾ ਕਿ ਉਹਦੀ ਤਰਬੀਅਤ ਜਿਹੜੀ ਸੀ ਜਿਹੜਾ ਉਹਦੇ ਬਾਰੇ ਮੈਂ ਸੁਣਿਆ ਹੈ, ਜਿੱਦਾਂ ਬੇਟੀ ਨੇ ਦੱਸਿਆ ਸੀਗਾ ਕਿ ਉਹ ਕਿੰਨਾ ਵਧੀਆ ਸੀਗਾ ਡਾਊਨ ਟੂ ਅਰਥ, ਤਾਂ ਉਹ ਆਪਣੇ ਫਾਦਰ ਸਾਹਿਬ ਤੋਂ ਹੀ ਸ਼ਾਇਦ ਉਹਨੂੰ ਮਿਲਿਆ ਹੈਗਾ, ਹੈ ਨਾ, ਇਹਨਾਂ ਨੂੰ ਮਿਲ ਕੇ ਵੀ ਅੱਜ ਇਹਨਾਂ ਦੇ ਹੱਥੋਂ ਸੰਧਾਰਾ ਲੈ ਕੇ ਮੈਨੂੰ ਹੋਰ ਬਹੁਤ ਗੁੱਡ ਫੀਲ ਹੋਇਆ, ਨਾ ਮੇਰੇ ਲਈ ਤਾਂ ਸੁਭਾਗਿਆ ਹੀ ਹੈ ਜਿੱਦਾਂ ਕਹਿ ਲਓ ਕਿ ਬਹੁਤ ਚੰਗਾ ਹੋਇਆ, ਤਾਂ ਮੈਂ ਉਹਨਾਂ ਨੂੰ ਵੀ ਮਿਲੀ, ਨਿਰਮਲ ਰਿਸ਼ੀ ਮੈਮ ਨੂੰ ਮਿਲੀ ਅੱਜ, ਉਹਨਾਂ ਨੂੰ ਤਾਂ ਮੈਂ ਪਹਿਲਾਂ ਵੀ ਖੈਰ ਮਿਲੀ ਹਾਂ, ਬਟ ਉਹਨਾਂ ਨੂੰ ਅੱਜ ਮਿਲ ਕੇ ਸਾਰਿਆਂ ਨੂੰ ਮਿਲ ਕੇ ਬੜਾ ਚੰਗਾ ਲੱਗਿਆ। ਸੋ ਸਾਰਿਆਂ ਨੂੰ ਧੀਆਂ ਮੁਬਾਰਕ, ਤਾਂ ਸਾਰੇ ਹੱਸੋ ਖੇਡੋ ਜਿਉਂਦੇ ਵੱਸਦੇ ਰਹੋ, ਪਰਮਾਤਮਾ ਤੁਹਾਡੀਆਂ ਲੰਬੀਆਂ ਲੰਬੀਆਂ ਉਮਰਾਂ ਕਰੇ। ਥੈਂਕ ਯੂ ਸੋ ਮਚ।